वाहिगुरु जी का खालसा, वाहिगुरु जी की फतेह। अज इस वीडियो विच आप जीआं दे नाल जिस घटना का जिक्र करांगे उस नूं सुन के तुसी हैरान होवोगे। धन गुरु गोबिंद सिंह जी महाराज अज भी अपने खालसे दे सदा अंग संग रहिंदे ने। अज दी इह घटना देश दी वंड तों पहलां 1940 दी है, जिस समय पाकिस्तान नहीं बनिया सी। उन्हां समयां दे विच अखबार विच एक बड़ी ही अनोखी खबर छपी सी कि एक बीबी ते उसका नौजवान घरवाला गुरु के सिख श्री पंजा साहिब की यात्रा नूं जा रहे सी। ते पंजा साहिब की यात्रा करदियां नूं रास्ते दे विच उन्हां नूं एक पठान मिल गया ते उह आखण लगा, आ जाओ तुहानूं मैं अपने घोड़े ते बिठा के लै चलदा हाँ। ते इस तरह उन्होंने यात्रा घोड़े ते आरंभ कर दित्ती। तो रात पैण ते एक सरां दे विच पड़ा करके उत्थे ही सौ गए। तो जब अद्धी रात हुई तो वह पठान कहिंदा है, चलो चलिए। सिंह नूं शक होया कि अजे तो अद्धी रात है, तो रात वेले तू कित्थे जाना है। पठान आखण लगा, पंजा साहिब जाना है, होर कित्थे जाना है असीं। सिंह कहिंदा, नहीं अद्धी रात है, सवेरे चलांगे। तो वह पठान कहिंदा है, तुसीं फिक्र ना करो, मैं तुहाडे नाल हाँ। तो सिंह सिंघणी आखण लगे कि फिक्र तो है, परदेस दा मामला है ते असीं तैनू नहीं जानदे हाँ। ते उह कहिंदा, तुसीं मैनू नहीं जानदे, पर गुरु गोबिंद सिंह दी मैनू सौं है, गुरु गोबिंद सिंह जामन है तुहाडा ते मेरा, तुसीं फिक्र ना करो, तुहानू कुछ नहीं होवेगा। तां गुरु के सिख सन, गुरु दी सौं, गुरु दी जामनी, उन्हां सिखां ने ना मोड़ी ते दोवें सिंघ ते सिंघणी उस पठान दे विश्वास करके उस दे नाल ही चल पए। ते जद तिन्ने जाने 3-4 मील अगे जंगल दे विच गए तां अद्धी रात दा समा सी ते पठान ने छुरा कढ के सिंघ दे मारिया ते सिंघ मार दिता। ते जो बीबी जी सन ओह उत्थे ही बैठ गए तां पठान ने बीबी नूं बाहों फड़िया ते आख्या, चल मेरे नाल। बीबी जी ने आख्या, तेरे नाल मैं किवें जावां, मेरा पति तू तां मार दिता है, तू पापी है। कहण लगा, हुण तू चल बस मेरे नाल, ਇਹ ਤੇ ਹੁਣ ਮਰ ਗਿਆ ਹੈ, ਹੁਣ ਤੂੰ ਮੇਰੇ ਨਾਲ ਰਹਿ, ਮੇਰੇ ਘਰ ਚੱਲ। ਅਤੇ ਉਹ ਬੀਬੀ ਜੀ ਕਹਿੰਦੇ, ਇਹ ਖਾਲਸਾ ਧਰਮ ਹੈ, ਮੈਂ ਤਾਂ ਇੱਥੇ ਬੈਠਾਂਗੀ, ਉਡੀਕਾਂਗੀ। ਤਾਂ ਉਸ ਪਠਾਨ ਨੇ ਆਖਿਆ, ਕਿਸ ਨੂੰ ਉਡੀਕੇਂਗੀ, ਕੌਣ ਆਵੇਗਾ ਤੈਨੂੰ ਛਡਾਉਣ। ਤਾਂ ਉਸ ਬੀਬੀ ਨੇ ਆਖਿਆ, ਜਿਸ ਦੀ ਤੂੰ ਸਹੁੰ ਪਾਈ ਸੀ ਉਹ ਆਵੇਗਾ ਮੈਨੂੰ ਛਡਾਉਣ, ਅਤੇ ਜਿਸ ਦਾ ਤੂੰ ਜਾਮਣ ਪਾ ਰਿਹਾ ਸੀ ਉਹ ਆਪੇ ਕਿਰਪਾ ਕਰੇਗਾ। ਤਾਂ ਉਹ ਪਠਾਨ ਕਹਿੰਦਾ, ਉਹਨੂੰ ਮਰੇ ਨੂੰ ਤਾਂ 250 ਸਾਲ ਹੋ ਗਏ, ਉਹ ਹੁਣ ਕਿੱਥੋਂ ਆਏਗਾ। ਅਤੇ ਉਹ ਪਠਾਨ ਤਾਂ ਇਹ ਕਹਿ ਹੀ ਰਿਹਾ ਸੀ ਅਤੇ ਪੰਜਾਂ ਸਿੰਘਾਂ ਸਮੇਤ ਸਾਹਿਬ ਕਲਗੀਧਰ ਪਾਤਸ਼ਾਹ ਜੀ ਨੀਲੇ ਘੋੜੇ 'ਤੇ ਸਵਾਰ ਪ੍ਰਗਟ ਹੋ ਗਏ। ਅਤੇ ਗੁਰੂ ਸਾਹਿਬ ਜੀ ਨੇ ਪਠਾਨ ਦਾ ਸਿਰ ਲਾਹ ਦਿੱਤਾ ਅਤੇ ਜਿਹੜਾ ਸਿੰਘ ਧਰਤੀ 'ਤੇ ਡਿੱਗਿਆ ਪ੍ਰਾਣ ਤਿਆਗ ਗਿਆ ਸੀ, ਸਤਿਗੁਰੂ ਜੀ ਨੇ ਉਸ ਸਿੰਘ 'ਤੇ ਕਿਰਪਾ ਦ੍ਰਿਸ਼ਟੀ ਕਰਕੇ ਉਸ ਨੂੰ ਜੀਵਨ ਦੇ ਦਿੱਤਾ, ਜਿਵੇਂ ਫਰਮਾਨ ਹੈ, ਸਤਿਗੁਰ ਮੇਰਾ ਮਾਰ ਜਿਵਾਲੈ। ਅਤੇ ਉਹ ਸਿੰਘ ਉੱਠ ਕੇ ਖੜ੍ਹਾ ਹੋ ਗਿਆ ਅਤੇ ਪਠਾਨ ਧਰਤੀ 'ਤੇ ਲੰਮਾ ਪਿਆ, ਆਪਣੇ ਪ੍ਰਾਣ ਤਿਆਗ ਗਿਆ। ਸਤਿਗੁਰੂ ਜੀ ਨੇ ਉਸ ਸਮੇਂ ਬਚਨ ਕੀਤਾ, ਜਾਓ ਤੁਹਾਡਾ ਸਿਦਕ ਭਰੋਸਾ ਸਾਡੇ 'ਤੇ ਹੈ, ਅਸਾਂ ਸਦਾ ਸਿੰਘਾਂ ਦੇ ਨਾਲ ਰਹਿੰਦੇ ਹਾਂ, ਬਸ ਭਰੋਸਾ ਹੋਣਾ ਚਾਹੀਦਾ ਹੈ, ਗੁਰੂ ਮੇਰੇ ਸੰਗ ਸਦਾ ਹੈ ਨਾਲੇ। ਅਤੇ ਇਹ ਗੱਲ ਉਹਨਾਂ ਸਮਿਆਂ ਦੇ ਵਿੱਚ ਅਖਬਾਰਾਂ ਦੇ ਵਿੱਚ ਛਪੀ ਸੀ ਅਤੇ ਬੜੀ ਹੀ ਪ੍ਰਸਿੱਧ ਹੋਈ ਸੀ। ਅਤੇ ਸਾਨੂੰ ਐਸੀਆਂ ਘਟਨਾਵਾਂ 'ਤੇ ਯਕੀਨ ਭਰੋਸਾ ਇਸ ਕਰਕੇ ਨਹੀਂ ਹੁੰਦਾ ਕਿਉਂਕਿ ਸਿੱਖੀ ਦੇ 3 ਅੰਗ ਹਨ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਲਿਖਦੇ ਨੇ, ਜਿਨ੍ਹਾਂ ਨੂੰ ਆਮ ਕਰਕੇ ਹਰ ਵਿਅਕਤੀ ਜਾਣਦਾ ਹੈ ਅਤੇ ਸਾਨੂੰ ਸਕੂਲਾਂ ਕਾਲਜਾਂ ਦੇ ਵਿੱਚ ਉਹਨਾਂ ਦੀਆਂ ਕਵਿਤਾਵਾਂ ਆਮ ਹੀ ਪੜ੍ਹਾਈਆਂ ਜਾਂਦੀਆਂ ਹਨ। ਉਹ ਲਿਖਦੇ ਨੇ, ਸਿੱਖੀ ਦੇ 3 ਅੰਗ ਹਨ। ਪਹਿਲਾ ਰੂਹਾਨੀਅਤ, ਸਪਿਰਚੁਐਲਿਟੀ। ਦੂਸਰਾ ਕਰੈਕਟਰ, ਭਾਵ ਚਾਲ ਚੱਲਣ। ਅਤੇ ਤੀਸਰਾ ਰੀਚੁਅਲ, ਭਾਵ ਰਹੁ ਰੀਤੀ। ਅਤੇ ਉਹਨਾਂ ਲਿਖਿਆ ਹੈ, ਸਿੱਖਾਂ ਦੇ ਵਿੱਚ ਰੂਹਾਨੀਅਤ ਦਾ ਖੰਭ ਲਾ ਕੇ ਹੀ ਉੱਡ ਗਈ ਹੈ ਕਿਉਂਕਿ ਅਸੀਂ ਨਾਮ ਨਹੀਂ ਜਪਦੇ। ਸਾਨੂੰ ਸਾਰਿਆਂ ਨੂੰ ਨਾਮ ਅਭਿਆਸ ਜ਼ਰੂਰ ਕਰਨਾ ਚਾਹੀਦਾ ਹੈ। ਰੂਹਾਨੀਅਤ ਦੇ ਨਾ ਹੋਣ ਕਰਕੇ ਹੀ ਅਸੀਂ ਹਰ ਗੱਲ 'ਤੇ ਤਰਕ 'ਤੇ ਤਰਕ ਕਰਦੇ ਹਾਂ, ਇਹ ਕਿਵੇਂ ਹੋ ਸਕਦਾ ਹੈ, ਉਹ ਕਿਵੇਂ ਹੋ ਸਕਦਾ ਹੈ। ਪਰ ਇਹ ਅਕਾਲ ਪੁਰਖ ਜੀ ਦਾ ਬਣਾਇਆ ਹੋਇਆ ਸੰਸਾਰ ਹੈ। ਇੱਥੇ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਹਨ ਜਿਹੜੀਆਂ ਸਾਡੇ ਦਿਮਾਗ ਅਤੇ ਸੋਚ ਤੋਂ ਪਰੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।